ਸਤਿ ਸ਼੍ਰੀ ਅਕਾਲ ਜੀ ਮੈਂ ਜਰਨੈਲ ਹੁਸ਼ਿਆਰਪੁਰੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਰਘਵੀਰ ਭੁੱਲਰ ਦੋਸਤੋ ਅੱਜ ਅਸੀਂ ਆਪਣੀ ਸਿਹਤ ਬਾਰੇ ਗੱਲ ਕਰਾਂਗੇ ਸਾਨੂੰ ਸਿਹਤ ਦਾ ਕਿਸ ਤਰੀਕੇ ਨਾਲ ਖਿਆਲ ਰੱਖਣਾ ਚਾਹੀਦਾ ਕਦੋਂ ਸੌਣਾ ਚਾਹੀਦਾ ਕਦੋਂ ਉੱਠਣਾ ਚਾਹੀਦਾ ਕੀ ਸਾਨੂੰ ਕਸਰਤ ਕਰਨੀ ਚਾਹੀਦੀ ਹੈ ਕੀ ਸਾਨੂੰ ਖਾਣਾ ਚਾਹੀਦਾ ਇਸ ਬਾਰੇ ਅਸੀਂ ਅੱਜ ਗੱਲ ਕਰਾਂਗੇ ਸਾਡੇ ਨਾਲ ਸਾਡੇ ਸਹਿਯੋਗੀ ਰਘਵੀਰ ਭੁੱਲਰ ਜੀ ਇਹ ਬੜੇ ਵਧੀਆ ਅਥਲੀਟ ਨੇ ਇਹਨਾਂ ਨੇ ਕਈ ਨੈਸ਼ਨਲ ਇੰਟਰਨੈਸ਼ਨਲ ਰਿਕਾਰਡ ਵੀ ਪ੍ਰਾਪਤ ਕੀਤੇ ਨੇ ਅੱਜ ਅਸੀਂ ਇਹਨਾਂ ਤੋਂ ਗੱਲ ਕਰਦੇ ਹਾਂ ਕਿ ਸਾਨੂੰ ਆਪਣੇ ਸਿਹਤ ਬਾਰੇ ਕੀ ਕੁਛ ਕਰਨਾ ਚਾਹੀਦਾ ਰਘਵੀਰ ਭੁੱਲਰ ਜੀ ਤੁਸੀਂ ਸਾਨੂੰ ਇਹ ਦੱਸੋ ਕਿ ਸਾਨੂੰ ਸਿਹਤ ਦਾ ਕਿਵੇਂ ਖਿਆਲ ਰੱਖਣਾ ਚਾਹੀਦਾ ਸਭ ਤੋਂ ਪਹਿਲਾਂ ਮੈਂ ਆਪਣੀ ਗੱਲ ਕਰਦੀ ਹਾਂ ਹਾਂਜੀ ਮੇਰੀ ਉਮਰ 70 ਸਾਲ ਦੇ ਨੇੜੇ ਤੇੜੇ ਹੈ ਮੈਂ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਉੱਠ ਕਰਦਾ ਪਾਣੀ ਦਾ ਗਲਾਸ ਮੈਂ ਪੀਂਦਾ ਪੰਜ ਸੱਤ ਮਿੰਟ ਬਾਅਦ ਬਾਥਰੂਮ ਜਾਂਦਾ ਟੈਕ ਸੂਟ ਪਾ ਕੇ ਮੈਂ ਗਰਾਊਂਡ 'ਚ ਨਿਕਲ ਜਾਂਦਾ ਦੋ ਢਾਈ ਕਿਲੋਮੀਟਰ 3 ਕਿਲੋਮੀਟਰ ਮੈਂ ਦੌੜ ਲਾਉਂਦਾ ਫਿਰ 15-20 ਮਿੰਟ ਜਾਂ ਅੱਧਾ ਘੰਟਾ ਐਕਸਰਸਾਈਜ਼ ਕਰਦਾ ਉਸ ਤੋਂ ਬਾਅਦ ਮੈਂ ਘਰ ਆ ਜਾਂਦਾ ਫੁਲਵਾੜੀਆਂ ਬਣੀਆਂ ਹੁੰਦੀਆਂ ਨੇ ਲਾਨ ਬਣੇ ਹੁੰਦੇ ਜਿੱਥੇ ਕਈ ਤਰ੍ਹਾਂ ਦੇ ਫੁੱਲ ਬੂਟੇ ਵੀ ਲਾਏ ਹੁੰਦੇ ਕੀ ਉਹਦੇ ਵਿੱਚ ਸਾਨੂੰ ਰੰਬੀ ਲੈ ਕੇ ਜਾਂ ਫੁਆਰਾ ਲੈ ਕੇ ਪਾਣੀ ਪਾਉਣਾ ਜਾਂ ਇਹੋ ਜਿਹੀ ਐਕਸਰਸਾਈਜ਼ ਨਹੀਂ ਕਰਦੇ ਬਿਲਕੁਲ ਬਿਲਕੁਲ ਜੀ ਕਹਿ ਰਹੇ ਜੀ ਸਾਡੇ ਘਰ ਦੇ ਅੱਗੇ ਕੋਈ ਫੁਲਵਾੜੀ ਹੁੰਦੀ ਹੈ ਜਾਂ ਸਾਨੂੰ ਜਿਹੜੇ ਬਜ਼ੁਰਗ 70 ਸਾਲ ਦੇ 80 ਸਾਲ ਦੇ ਆ ਰੰਬੇ ਲੈ ਕੇ ਉਸ ਫੁਲਵਾੜੀ 'ਚ ਚਲੇ ਜਾਣਾ ਚਾਹੀਦਾ ਧਨੀਆ ਲਾਓ ਪੁਦੀਨਾ ਲਾਓ ਹਰੀਆਂ ਮਿਰਚਾਂ ਲਾਓ ਟਮਾਟਰ ਲਾਓ ਕੁਛ ਨਾ ਕੁਛ ਅੱਧਾ ਪੌਣਾ ਘੰਟਾ ਉਹਨਾਂ ਨੂੰ ਰੰਬੀ ਦਾ ਕੰਮ ਜਾਂ ਉਹਨਾਂ ਨੂੰ ਪਾਣੀ ਦਿਓ ਪਰ ਸਾਡੇ ਬਜ਼ੁਰਗ ਕੀ ਕਰਦੇ ਆ ਘਰੋਂ ਨਿਕਲ ਕੇ ਸਿੱਧਾ ਜਿਮ ਤੇ ਪਹੁੰਚ ਜਾਂਦੇ ਆ ਏਦਾਂ ਨੀ ਜਾਣਾ ਚਾਹੀਦਾ ਪਹਿਲਾਂ 5-7 ਮਿੰਟ ਵਾਰਮ ਅਪ ਪੈਦਲ ਚੱਲ ਕੇ ਵਾਰਮ ਅਪ ਬਜ਼ੁਰਗ ਇਸ ਉਮਰ ਚ ਗਿਰ ਜਾਣ ਤੇ ਉਹਨਾਂ ਦਾ ਇਹੀ ਚੋਟ ਲੱਗਦੀ ਹੈ ਜਿਹੜੀ ਠੀਕ ਵੀ ਨਹੀਂ ਹੁੰਦੀ ਐਕਸਰਸਾਈਜ਼ ਹਰ ਰੋਜ਼ ਇੱਕ ਵਾਰੀ ਤੁਸੀਂ ਜ਼ਰੂਰ ਜਾਓ ਕੱਚੇ ਥਾਂ ਤੇ ਜੋਗਿੰਗ ਕਰਨੀ ਚਾਹੀਦੀ ਪੱਕੀ ਸੜਕ ਤੇ ਜਾਂ ਪੱਕੀ ਰੋਡ ਤੇ ਨਹੀਂ ਜੋਗਿੰਗ ਕਰਨੀ ਕੱਚੀ ਥਾਂ ਤੇ ਹਲਕਾ ਹਲਕਾ ਜਿੰਨੀ ਵੀ ਜੋਗਿੰਗ ਕਰ ਸਕਦੇ ਹਰ ਇੱਕ ਇਨਸਾਨ ਨੂੰ ਕਰਨਾ ਚਾਹੀਦਾ ਚਾਹੇ 80 ਸਾਲ ਦਾ ਚਾਹੇ 90 ਸਾਲ ਦਾ ਜਿੰਨੀ ਕੁ ਜੋਗਿੰਗ ਬੋਡੀ ਅਲਾਓ ਕਰੇ ਉਹਨੂੰ ਜੋਗਿੰਗ ਕਰਨੀ ਚਾਹੀਦੀ ਹੈ ਤੁਸੀਂ ਦੇਖੋ ਜਿੱਦਾਂ ਤੁਸੀਂ ਅਥਲੀਟ ਹੋ ਜਾਂ ਹੋਰ ਵੀ ਤੁਹਾਡੇ ਨਾਲ ਦੇ ਸਾਥੀ ਹੈਗੇ ਆ ਚਾਹੇ ਉਹ ਛੋਟੀ ਉਮਰ ਦੇ ਚਾਹੇ ਉਹ ਵੱਡੀ ਉਮਰ ਦੇ ਉਹਨਾਂ ਨੇ ਰਿਕਾਰਡ ਤੁਹਾਡੇ ਵੱਲ ਕਈਆਂ ਨੇ ਕੀਤੇ ਉਹਨਾਂ ਦਾ ਰਾਜ਼ ਹੀ ਇਹੀ ਹੈ ਫਿਰ ਬਿਲਕੁਲ ਜੀ ਸਾਡੇ 90+ ਵੀ ਹੈਗੇ ਆ 107 ਸਾਲ ਦੀ ਬੀਬੇ ਮਾਨ ਕੌਰ 105 ਸਾਲ ਦੀ ਹੋ ਕੇ ਉਹਨਾਂ ਨੇ ਵਰਲਡ ਰਿਕਾਰਡ ਵੀ ਬਣਾਏ ਅੱਜ ਤੱਕ ਨਹੀਂ ਟੁੱਟੇ ਲਾਹੇਵੰਦ ਹੈ ਇਹ ਸਾਨੂੰ ਨੋਟਸ ਇਹਦਾ ਲੈਣਾ ਚਾਹੀਦਾ ਹੈਗਾ
ਤੇ ਹੋਰ ਦੱਸੋ। ਅੱਛਾ ਇੱਕ ਮੈਂ ਹੋਰ ਦੇਖਿਆ, ਜਿਹੜਾ ਅਸੀਂ ਮਾਰਕੀਟ ਚ ਕੋਈ ਚੀਜ਼ ਖਰੀਦਣ ਜਾਂਦੇ ਹਾਂ, ਹਾਂਜੀ ਹਾਂ, ਤੇ ਮੈਂ ਬੱਚਿਆਂ ਨੂੰ ਆਮ ਕਰਕੇ ਦੇਖਦਾ ਹੁੰਦਾ, ਉਹ ਸਕੂਟਰ ਚੁੱਕ ਲੈਂਦੇ ਆ, ਬਰਲਾਨ ਹੁੰਦੀ ਜਗ੍ਹਾ, ਬਿਲਕੁਲ, ਤੇ ਕੀ ਉਹਨਾਂ ਨੂੰ ਪੈਦਲ ਨੀ ਜਾਣਾ ਚਾਹੀਦਾ? ਨਹੀਂ, ਬਹੁਤ ਵਧੀਆ ਸਵਾਲ ਆ ਜੀ ਤੁਹਾਡਾ। ਹਾਂ, ਉਹ ਤੁਸੀਂ ਕਦੇ ਵੀ ਮਾਰਕੀਟ ਇੱਕ ਫਰਲਾਂਗ ਦੋ ਫਰਲਾਂਗ ਤੇ ਹੁੰਦੀ ਹੈ, ਹੁੰਦੀ ਜਾਂਦੀ ਹੈ, ਉਹ ਪੈਦਲ ਜਾਣਾ ਚਾਹੀਦਾ। ਹਾਂ, ਪੈਦਲ ਜਿਹੜੀ ਚੀਜ਼ ਸਿਹਤ ਵਾਸਤੇ ਠੀਕ ਹੈ ਉਹ ਹੋ ਹੀ ਖਰੀਦੋ, ਬਾਕੀ ਮੈਂ ਕਹਿੰਦਾ ਰੋਟੀ ਪਾਣੀ ਸਭ ਕੁਛ ਘਰ ਦਾ ਖਾਣਾ ਚਾਹੀਦਾ, ਕੋਈ ਬਰਗਰ ਪੀਜ਼ਾ ਕੋਲਡ ਡਰਿੰਕ ਕੁਛ ਵੀ ਨਹੀਂ ਚਾਹੀਦਾ। ਹਾਂ, ਮੈਂ ਇਹੀ ਡਾਇਟ ਬਾਰੇ ਵੀ ਗੱਲ ਤੁਹਾਡਾ ਕਰਨੀ ਸੀ, ਖੁਰਾਕ ਬਾਰੇ, ਸਾਨੂੰ ਉਹ ਕਿਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ? ਹਾਂਜੀ ਹਾਂ, ਤਲੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਕਿ ਨਹੀਂ ਖਾਣੀਆਂ ਚਾਹੀਦੀਆਂ? ਤਲੀਆਂ ਚੀਜ਼ਾਂ ਦਾ ਬਿਲਕੁਲ ਹੀ ਕਾਟਾ ਫੇਰ ਦੇਣਾ ਚਾਹੀਦਾ। ਮੈਂ ਦੇਖਿਆ, ਮੈਂ ਵੀ ਇੱਕ ਤਾਂ ਕਿਤੇ ਗੱਲ ਚੱਲ ਰਹੀ ਸੀ, ਕੁਛ ਡਾਕਟਰ ਵੀ ਬੈਠੇ ਸੀ, ਉਹਨਾਂ ਨੇ ਕਿਹਾ ਸੀ ਵੀ ਅਸੀਂ ਠੀਕ ਹੈ ਸਭ ਤੋਂ ਕਈ ਵਾਰੀ ਸਵਾਦ ਸਵਾਦ ਵਿੱਚ ਹੀ ਜ਼ਿਆਦਾ, ਪਰ ਉਹ ਕਹਿੰਦੇ ਖਾਣ ਤੋਂ ਬਾਅਦ ਤੁਸੀਂ ਬੈਠੋ ਨਾ, ਤੁਸੀਂ ਉਹ ਦੋ ਚਾਰ ਚੱਕਰ ਲਾ ਲਓ, ਤੁਹਾਨੂੰ ਪਚ ਜਾਣੀ ਚਾਹੀਦੀ ਹੈ, ਫੇਰ ਤੁਹਾਡਾ ਕੋਈ ਨੁਕਸਾਨ। ਬਿਲਕੁਲ, ਬਹੁਤ ਵਧੀਆ ਗੱਲ ਕਹੀ, ਇਹਦੇ ਨਾਲ ਮੈਂ ਗੱਲ ਹੋਰ ਵੀ ਜੋੜਦਾ, ਦੇਸੀ ਘਿਓ ਵੀ ਕਦੇ ਖਾਧਾ ਜਾਂਦਾ, ਉਹ ਦੇਸੀ ਘਿਓ ਤੇ ਦੁੱਧ ਫੇਰ ਹੀ ਹਜਮ ਹੁੰਦਾ ਜਦ ਅਸੀਂ ਐਕਸਰਸਾਈਜ਼ ਕਰਦੇ ਹੋਈ। ਚਲੋ, ਜੇ ਅਸੀਂ ਕਹਿੰਦੇ ਖੁਰਾਕ ਇੱਕ ਫੁਲਕਾ ਵੱਧ ਖਾਧਾ ਗਿਆ, ਡੂਢ ਫੁਲਕਾ ਵੱਧ ਖਾਧਾ ਗਿਆ, ਫਰੂਟ ਖਾਧਾ ਗਿਆ, ਤੇ ਉਹ ਫਿਰ ਮਤਲਬ ਬੈਠਣੀ ਚਾਹੀਦੀ, ਸੈਰ ਕਰਨੀ ਚਾਹੀਦੀ ਹੈ, ਸੈਰ ਘੰਟਾ ਡੇਢ ਘੰਟਾ ਤੁਸੀਂ ਸੈਰ ਕਰੋ, ਹਰ ਮੌਜੇ ਦੀ। ਅੱਛਾ ਵੀਰ ਜੀ, ਹੋਰ ਦੱਸੋ, ਇਹ ਆਮ ਕਰਕੇ ਕੁਛ ਨਸ਼ੇ ਵੀ ਕਰ ਲੈਂਦੇ ਆ, ਪੈਗ ਲਾ ਲਿਆ ਕਿਸੇ ਨੇ, ਕੁਛ ਕਰ ਲਿਆ, ਉਹ ਨਸ਼ੇ ਜਿਹੜੇ ਉਹ ਜ਼ਿਆਦਾ ਨੁਕਸਾਨ ਨਹੀਂ ਕਰਦੇ ਸਾਡੀ ਸਿਹਤ ਨੂੰ? ਬਿਲਕੁਲ, ਦੇਖੋ ਜੀ, ਜਿਹੜਾ ਨਸ਼ਾ ਤਾਂ ਟੋਟਲੀ ਗਲਤ ਚੀਜ਼ ਹੈ, ਨਸ਼ਾ ਤਾਂ ਬਿਲਕੁਲ ਨੀ ਚਾਹੀਦਾ, ਕਿਉਂਕਿ ਨਸ਼ੇ ਦੀ ਆਦਤ ਜੇ ਪੈ ਗਏ ਨਾ ਤੇ ਉਹ ਬੱਚੇ ਨੂੰ ਕਈ ਵਾਰੀ 13-14 ਸਾਲ ਦੇ ਲੜਕੇ ਜਾਂ ਲੜਕੀ ਵੀ ਕਈ ਵਾਰੀ ਉਹ ਵੀ ਨਸ਼ਾ ਕਰਨ ਲੱਗ ਜਾਂਦੀ ਹੈ। ਅੱਜ ਕੱਲ੍ਹ ਆਪਣੇ ਪੰਜਾਬ 'ਚ ਬਹੁਤ ਬਿਲਕੁਲ ਨਸ਼ਾ ਨੀ ਕਰਨਾ, ਸਭ ਤੋਂ ਆਪਣੀ ਤੰਦਰੁਸਤੀ ਦਾ ਸਿਹਤ ਦਾ ਨਸ਼ਾ ਐਕਸਰਸਾਈਜ਼ ਹੀ ਹੈ। ਵੈਸੇ ਤਾਂ ਵੀਰ ਜੀ, ਸਰਕਾਰਾਂ ਵੀ ਸਮੇਂ ਸਮੇਂ ਤੇ ਖੇਡ ਮੇਲੇ ਕਰਾਉਂਦੀਆਂ ਰਹਿੰਦੀਆਂ ਹੈਗੀਆਂ, ਓਲੰਪਿਕ ਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਸਾਡੇ ਖੈਰ ਅੱਜ ਕੱਲ੍ਹ ਜਿਹੜੀ ਗੱਲ ਚੱਲ ਰਹੀ ਹੈ ਆਪਣੀ ਸਿਹਤ ਦੀ ਚੱਲ ਰਹੀ ਹੈ, ਮੈਂ ਓਲੰਪਿਕ ਵਾਲੇ ਪਾਸੇ ਰਹਿ ਸਾਡੀ ਸਿਹਤ ਦਾ ਰਾਜ ਇਹੀ ਹੈ, ਸਾਨੂੰ ਡੇਲੀ ਸਿਹਤ ਦੇ ਐਕਸਰਸਾਈਜ਼ ਕਰਨੀ ਚਾਹੀਦੀ, ਪਸੀਨਾ ਆਉਣਾ ਚਾਹੀਦਾ, ਸੰਤੁਲਨ ਮਤਲਬ ਭੋਜਨ ਕਰਨਾ ਚਾਹੀਦਾ, ਘਰ ਦਾ ਮੈਂ ਦਰਸ਼ਕਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਵੀ ਸਵੇਰੇ ਸਮੇਂ ਸਿਰ ਉੱਠੋ, ਸ਼ਾਮ ਨੂੰ ਰਾਤ ਨੂੰ ਸਮੇਂ ਸਿਰ ਸੋਵੋ, ਐਕਸਰਸਾਈਜ਼ ਕਰੋ, ਚੰਗਾ ਭੋਜਨ ਖਾਓ, ਠੀਕ ਹੈ, ਤਾਂ ਕਿ ਤੁਹਾਡੀ ਸਿਹਤ ਬਰਕਰਾਰ ਰਹਿ ਸਕੇ। ਬਹੁਤ ਬਹੁਤ ਮਿਹਰਬਾਨੀ ਪੁਲਿਸ ਸਾਹਿਬ, ਸਤਿ ਸ਼੍ਰੀ ਅਕਾਲ।